ਬਿਲਮੀ ਜ਼ਮਾਨੇ 'ਚ ਨਾ ਮੈਂ ਆਪਣੇ ਨਾਨੇ ਦਾ ਭਰਾ ਸੀ ਉਹਨੂੰ ਮਿਲਣ ਗਿਆ ਆਪਣੀ ਅੰਮੀ ਦੇ ਕਹਿਣ 'ਤੇ ਉੱਥੇ ਉਹਨਾਂ ਦਾ ਪੀਰ ਆਇਆ ਸੀ ਅਤੇ ਪੀਰ ਸੀ ਗੋਰਾ ਲੁੱਕ ਵਰਗਾ ਗੋਰਾ ਨਾ ਦਾੜੀ ਨਾ ਮੁੱਛ ਯਕੀਨ ਕਰੋ ਚੰਗਾ ਮੋਟਾ ਤਾਜ਼ਾ ਪਲਿਆ ਅਤੇ ਉਹ ਮੈਂ ਨਾ ਅਸਰ ਦੀ ਨਮਾਜ਼ ਵੇਲੇ ਵੇਖਿਆ ਮਸੀਤੇ ਬੰਦਾ ਕੋਈ ਨਾ ਮਗਰ ਵੇਲੇ ਮੈਂ ਅਜ਼ਾਨ ਕਹਿ ਕੇ ਨਾ ਅਤੇ ਮੈਂ ਨਮਾਜ਼ ਬਾਰੇ ਇੱਕ ਨਜ਼ਮ ਪੜ੍ਹੀ ਕੋਈ ਦਾਵਤ ਦਿੱਤੀ ਮਸੀਤੇ ਆਓ ਅਤੇ ਉਹ ਕਿਸਮਤ ਮਾੜੀ ਉਹ ਘਰ ਵਾਲਾ ਮੇਰੀ ਮੰਜੀ ਨਾਲ ਪੀਰ ਸਾਹਿਬ ਦੇ ਨਾਲ ਡਾ ਅਤੇ ਮੈਨੂੰ ਆਉਂਦਾ ਸਪੀਕਰ 'ਚ ਕੀ ਕਹਿਣ ਡਿਆ ਸੀ ਮੈਂ ਕਿਹਾ ਜੀ ਲੋਕਾਂ ਨੂੰ ਕਹਿਣਾ ਮਸੀਤੇ ਆਇਆ ਕਰੋ ਨਮਾਜ਼ ਪੜ੍ਹਿਆ ਕਰੋ ਅੱਲਾ ਤੁਹਾਡਾ ਮੈਨੂੰ ਕਹਿੰਦਾ ਤੁਹਾਨੂੰ ਨਹੀਂ ਪਤਾ ਅਸੀਂ ਇਸ ਇਲਾਕੇ ਦੇ ਪੀਰ ਹਾਂ ਇਹ ਸਾਡੀ ਜੂਹ ਹੈ ਆਪਣੀ ਜੂਹ 'ਚ ਕਿਹਾ ਕਰੋ ਸਾਡੀ ਜੂਹ 'ਚ ਨਾ ਕਿਹਾ ਕਰੋ ਮੈਂ ਕਿਹਾ ਤੁਹਾਡੀ ਜੂਹ 'ਚ ਅੱਲਾ ਦਾ ਦੀਨ ਨਹੀਂ ਆਇਆ ਕਹਿੰਦਾ ਅਸੀਂ ਜਾਣੀਏ ਸਾਡਾ ਕੰਮ ਜਾਣੇ ਇਹਨਾਂ ਨੂੰ ਜੰਨਤ ਅਸੀਂ ਆਪੇ ਲੈ ਕੇ ਜਾਣੇ ਅਤੇ ਮੈਨੂੰ ਕਹਿੰਦਾ ਜੀ ਤੁਹਾਡਾ ਮੈਂ ਉਹਨੂੰ ਫਿਰ ਤੁਹਾਡਾ ਦੀਨ ਕੋ ਵੱਖਰਾ ਆ ਗੱਲ ਧਿਆਨ ਨਾਲ ਸੁਣਿਆ ਕਹਿੰਦਾ ਸਾਡਾ ਵੱਖਰਾ ਹੈ ਮੈਂ ਕਿਹਾ ਕਿਵੇਂ ਕਹਿੰਦਾ ਤੁਹਾਡੇ ਮੌਲਵੀਆਂ ਦੇ 30 ਸਵਾਰੇ ਸਾਡੇ 40 ਨੇ ਮੈਂ ਕਿਹਾ ਇੰਜ ਨਾ ਕਰੀਏ ਆਪਾਂ 30 ਮੌਲਵੀਆਂ ਵਾਲੇ ਮੇਰੇ ਕੋਲੋਂ ਸੁਣ ਲਾ ਅਤੇ ਆਹ ਉਤਲੇ ਜਿਹੜੇ 10 ਮਲੰਗਾਂ ਵਾਲੇ ਮੈਨੂੰ ਸੁਣਾ ਦੇ ਆਪਾਂ ਦੌਰ ਨਾ ਕਰ ਲਈਏ ਮੈਨੂੰ ਕਹਿੰਦਾ ਹੁਣ ਸਾਰੇ ਤਾਂ ਮੈਨੂੰ ਹੁਣ ਇਸ ਟਾਈਮ ਯਾਦ ਨਹੀਂ ਹੈਗੇ ਹੁਣ ਜ਼ਰਾ ਥੋੜ੍ਹਾ ਜਿਹਾ ਕਹਿਣਾ ਪੈਗਾ ਮੈਂ ਕਿਹਾ ਕਹਿਣ ਦੀ ਕਿਹੜੀ ਗੱਲ ਹੈ ਕੋਈ ਕਦੀ ਸੂਰਤ ਸੁਣਾ ਮੇਰੇ ਕੋਲ 114 ਸੂਰਤਾਂ 'ਚ ਜਿਹੜੀ ਦਿਲ ਕਰਦਾ ਸੁਣ ਮੈਂ ਤੈਨੂੰ ਕੁਰਾਨ ਸੁਣਾਉਣਾ 30 ਸਿਪਾਰੇ ਤੂੰ ਕਹਿੰਦਾ ਮੌਲਵੀਆਂ ਦੇ 10 ਮਲੰਗ ਉਹ ਪਹਿਲਾਂ ਤਾਂ ਖਿਸਕੇ ਅਤੇ ਤਿਲਕੇ ਮੈਨੂੰ ਕਹਿੰਦਾ ਤੂੰ ਤਾਂ ਵਰੀ ਪਾਲੀ ਜਾਣ ਹੀ ਨਹੀਂ ਛੱਡਦਾ ਪਿਆ ਮੈਂ ਕਿਹਾ ਯਾਰ ਮੈਂ ਸੁਣਿਆ ਅੱਜ ਕਿ 10 ਪਾਰੇ ਮਲੰਗਾਂ ਦੇ ਵੀ ਨੇ ਮੈਂ ਤਾਂ 30 ਸੁਣਦਾ ਆਇਆ ਉਹ 10 ਸਿਪਾਰੇ ਮੈਂ ਤੇਰੇ ਕੋਲ ਸੁਣਨੇ ਆਖਰ ਤੇ ਜਾਣ ਛੁਡਾਉਣ ਵਾਸਤੇ ਮੈਨੂੰ ਕਹਿੰਦਾ ਤੂੰ ਤੇ ਖੇੜੇ ਹੀ ਪੈ ਗਿਆ ਚੱਲ ਫਿਰ ਇੱਕ ਸੂਰਤ ਜ਼ੇਨ 'ਚ ਆ ਕੌਡਾ ਤੇ ਕੋਆ ਰਿੰਡ ਚੱਲ ਫੇਰਾ ਪਿੰਡ ਅੱਲਾ ਕਸਮੇ ਆਪਣੇ ਕੰਨਾਂ ਕੌਡਾ ਖੁਲਾਬਾ ਇਹ ਨਗਾਂ ਦੇ ਲਾਣੇ ਨਗਾਂ ਦੇ ਕੌਡਾ ਤੇ ਖੁਲਾਬਾ ਰਿੰਡ ਚੱਲ ਫਕੀਰਾ ਪਿੰਡ ਮੈਂ ਕਿਹਾ ਇਹ ਕੀ ਹੈ ਕਹਿੰਦਾ ਮਲੰਗਾਂ ਦੇ ਸਵਾਰਾਂ ਦੀ ਹੈ ਇੱਥੇ ਮੈਂ ਕਿਹਾ ਤੇਰੇ ਤੈਨੂੰ 10 ਮੁਬਾਰਕ ਸਾਨੂੰ ਸਾਡੇ 30 ਮੁਬਾਰਕ ਸਹਾਬਾ ਕੇ 30 ਸਿਪਾਰੇ ਅਹਲੇ ਬੈਤ ਕੇ 30 ਸਿਪਾਰੇ ਆਲੇ ਪੈਗੰਬਰ ਕੇ 30 ਸਿਪਾਰੇ ਮੇਰੇ ਸੀਨੇ ਪੇ ਆਏ 30 ਸਿਪਾਰੇ ਮੇਰੇ ਮੁਸਤਫਾ ਨੇ ਉਮਤ ਕੋ ਸੁਣਾਏ 30 ਸਿਪਾਰੇ ਅੱਲਾ ਜਿਤਨੇ ਆਏ ਜਿੱਥੋਂ ਜਿੱਥੋਂ ਆਏ ਏ ਸ਼ਾਹ ਕਦਮ ਕਦਮ ਕਬੂਲ ਫਰਮਾ।